ਕਿੱਥੋਂ ਆਏ ਹੋ ਅਸੀਂ ਲੁਧਿਆਣੇ ਤੋਂ ਕੀ ਸ਼ੁਭ ਨਾਮ ਹੈ ਤੁਹਾਡਾ ਗੁਰਬਾਣੀ ਕੌਰ ਠੀਕ ਹੈ ਤੇ ਇਹ ਭੈਣ ਜੀ ਜਿਹੜਾ ਤੁਸੀਂ ਇਹ ਬੀੜਾ ਚੁੱਕਿਆ ਖਹਿੜਾ ਛੱਡੋ ਫੈਸ਼ਨ ਦਾ ਰੂਪ ਅਪਣਾਓ ਖਾਲਸੇ ਦਾ ਇਹ ਕੀ ਹੈ ਸਾਰਾ ਇਹ ਵੀ ਜੀ ਖਹਿੜਾ ਛੱਡੋ ਫੈਸ਼ਨ ਦਾ ਰੂਪ ਅਪਣਾਓ ਖਾਲਸੇ ਦਾ ਮਤਲਬ ਵੈਸਟਰਨ ਕਲਚਰ ਦਾ ਖਹਿੜਾ ਛੱਡੋ ਜੋ ਕਿ ਭੈਣਾਂ ਅੱਜ ਕੱਲ ਬਹੁਤ ਜ਼ਿਆਦਾ ਫੱਟੀਆਂ ਜੀਨਸਾਂ ਚ ਨਿਕਰਾ ਪਾ ਕੇ ਸਕਰਟਸ ਪਾ ਕੇ ਗੁਰੂ ਘਰ ਆਉਂਦੀਆਂ ਨੇ ਸੂਟ ਛੱਡਤੇ ਸਾਦਗੀ ਛੱਡਤੀ ਫਰੋਕ ਸੂਟ ਛੱਡਤਾ ਉਹਨਾਂ ਨੇ ਆਪਣੇ ਜੋ ਨੈਚੁਰਲ ਉਹਨਾਂ ਨੂੰ ਜੋ ਮਹਾਰਾਜ ਨੇ ਬਖਸ਼ਿਸ਼ ਕੀਤਾ ਜੋ ਉਹਨਾਂ ਨੂੰ ਸ਼ੀਰ ਦਿੱਤਾ ਵਾ ਔਰ ਛੇੜਛਾੜ ਕਰਦੀਆਂ ਨੇ ਰੋਏ ਦੀ ਬੇਅਦਬੀ ਫੇਸ਼ੀਅਲ ਕਰਾਉਣਾ ਮੇਕਅਪ ਕਰਾਉਣਾ ਇਹ ਸਭ ਚੀਜ਼ਾਂ ਤੋਂ ਅਸੀਂ ਦੂਰ ਕਰ ਰਹੇ ਹਾਂ ਕਿ ਸਾਦਗੀ ਦਾ ਜੀਵਨ ਜੀਓ ਮਾਂ ਪਿਓ ਦਾ ਗਰਵ ਨਾ ਸਿਰ ਉੱਚਾ ਹੁੰਦਾ ਵਾ ਇਹ ਇਹ ਆ ਕਿ ਅਸੀਂ ਜੋ ਵੈਸਟਰਨ ਪਹਿਨਾਵਾ ਕਰਕੇ ਗੁਰੂ ਘਰ ਕੇ ਘਰੇ ਵੀ ਨਹੀਂ ਰਹਿਣਾ ਵਾ ਸਿੰਪਲ ਸੂਟ ਵਿਚ ਰਹੋ ਸੂਟ ਨੂੰ ਸਜਾਓ ਜਿੰਨਾ ਸਜਾ ਸਕਦੇ ਹੋ ਤੇ ਟੀਵੀ ਸੀਰੀਅਲਸ ਨੂੰ ਛੱਡ ਕੇ ਆਪਣੇ ਬਾਣੀ ਪੜੋ ਸੰਥਿਆ ਪੜੋ ਕਥਾ ਸੁਣਿਆ ਕਰੋ ਤੁਹਾਡਾ ਆਈਡੀਅਲ ਕੌਣ ਹੈ ਜਿੰਨੀਆਂ ਪਿਆਰੀਆਂ ਤੁਸੀਂ ਗੱਲਾਂ ਕਰ ਰਹੇ ਹੋ ਆਈਡੀਅਲ ਕੌਣ ਹੈ ਤੁਹਾਡਾ ਮਾਈ ਭਾਗੋ ਜੀ ਉਹਨਾਂ ਦਾ ਇਤਿਹਾਸ ਪੜਿਆ ਜੋ ਕਿ ਰੋਜ ਸਹਿਜ ਪਾਠ ਤੇ ਵਾਰੀ ਦੇਣ ਤੋਂ ਬਾਅਦ ਕਈਆਂ ਜੰਗਾਂ ਲੜੀਆਂ ਉਹਨਾਂ ਨੇ ਕਿੰਨੇ ਉੱਚੇ ਉੱਚੇ ਧਮਾਲੇ ਸਜਾ ਕੇ ਉਹਨਾਂ ਨੇ ਜੰਗ ਲੜੀ ਕਿੰਨਾ ਕਿੰਨਾ ਟਾਈਮ ਹੋ ਗਿਆ ਇਹ ਸੇਵਾ ਸਾਰੀ ਉਪਰਾਲਾ ਕਰਦਿਆਂ ਨੂੰ ਤੁਹਾਡੇ ਨਾਲ ਕੌਣ ਕੌਣ ਹੈ ਟੀਮ ਦੇ ਵਿੱਚ ਮੈਨੂੰ ਇਹ ਉਪਰਾਲਾ ਕਰਦੇ ਨੂੰ 3 ਸਾਲ ਹੋ ਚੁੱਕੇ ਨੇ ਹਜੇ ਤੱਕ 3100 ਭੈਣਾਂ ਜੁੜ ਚੁੱਕੀਆਂ ਨੇ ਜਿਹਦੇ ਵਿੱਚੋਂ 3000 ਭੈਣਾਂ ਨੇ ਦਸਤਾਰ ਸਜਾ ਚੁੱਕੇ ਨੇ ਅੰਮ੍ਰਿਤ ਛਕ ਕੇ ਉਹ ਵੀ ਬਹੁਤ ਆ ਇੱਕ ਭੈਣ ਤਿਆਰ ਹੋ ਗਈ ਉਹਨੇ ਆਪਣੇ ਘਰ ਦੇ ਨਾਲ ਜੋ ਆਪਣਾ ਦੂਜਾ ਘਰ ਆ ਉਹ ਵੀ ਸਾਂਭ ਲੈਣਾ ਨਾਲ ਆਪਣੇ ਬੱਚੇ ਨੂੰ ਸਹੀ ਰਾਹ ਦਿਖਾਣਾ ਵਾ ਇੱਕ ਮਾਂ ਤੋਂ ਹੀ ਬੱਚੇ ਦਾ ਸਹੀ ਰਾਹ ਸ਼ੁਰੂ ਹੁੰਦਾ ਵਾ ਇੱਕ ਮਾਂ ਪਹਿਲੀ ਟੀਚਰ ਹੁੰਦੀ ਆਪਣੇ ਬੱਚੇ ਦੀ ਤੇ ਸਾਡਾ ਇਹ ਹੈ ਕਿ ਮਾਵਾਂ ਸਹੀ ਰਹਿਣ ਉਹ ਵੀ ਆਪਣੇ ਬੱਚੇ ਨੂੰ ਸਹੀ ਰਾਹ ਦੇਣ ਨਾ ਉਹ ਵੀ ਨਾ ਜਾਣ ਨਾਈਆਂ ਕੋਲ ਨਾ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਹੋਲੇ ਮਹੱਲੇ ਦੇ ਸਮਾਗਮ ਚੱਲ ਰਹੇ ਨੇ ਅਸੀਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਤੁਸੀਂ ਮੇਰੇ ਪਿੱਛੇ ਇੱਕ ਪੋਸਟਰ ਦੇਖ ਸਕਦੇ ਹੋ ਸਿੰਘ ਸੱਜੋ ਸਿੱਖ ਸਜਾਓ ਖਹਿੜਾ ਛੱਡੋ ਫੈਸ਼ਨ ਦਾ ਰੂਪ ਅਪਣਾਓ ਖਾਲਸੇ ਦਾ ਨਾਲ ਹੀ ਇੱਕ ਬਹੁਤ ਵੱਡਾ ਸਵਾਲ ਜਿਹੜਾ ਖੜਾ ਕੀਤਾ ਗਿਆ ਕਿ ਸਾਡਾ ਪਹਿਰਾਵਾ ਕਿਹੋ ਜਿਹਾ ਹੋਵੇ ਗੁਰੂ ਵਰਗਾ ਜਾਂ ਫਿਲਮੀ ਐਕਟਰਾਂ ਹੀਰੋਇਨਾਂ ਵਰਗਾ ਕੀ ਹੈ ਸਾਰੀ ਕਹਾਣੀ ਸਾਡੇ ਨਾਲ ਇੱਕ ਭੈਣ ਜੀ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਸਮਝਾਂਗੇ ਕੀ ਹੈ ਸਾਰਾ ਮੈਟਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਕਿੱਥੋਂ ਆਏ ਹੋ ਅਸੀਂ ਲੁਧਿਆਣੇ ਤੋਂ ਕੀ ਸ਼ੁਭ ਨਾਮ ਹੈ ਤੁਹਾਡਾ ਗੁਰਬਾਣੀ ਕੌਰ ਠੀਕ ਹੈ ਤੇ ਇਹ ਭੈਣ ਜੀ ਜਿਹੜਾ ਤੁਸੀਂ ਇਹ ਬੀੜਾ ਚੁੱਕਿਆ ਖਹਿੜਾ ਛੱਡੋ ਫੈਸ਼ਨ ਦਾ ਰੂਪ ਅਪਣਾਓ ਖਾਲਸੇ ਦਾ ਇਹ ਕੀ ਹੈ ਸਾਰਾ ਇਹ ਵੀ ਜੀ ਖਹਿੜਾ ਛੱਡੋ ਫੈਸ਼ਨ ਦਾ ਰੂਪ ਅਪਣਾਓ ਖਾਲਸੇ ਦਾ ਮਤਲਬ ਵੈਸਟਰਨ ਕਲਚਰ ਦਾ ਖਹਿੜਾ ਛੱਡੋ ਜੋ ਕਿ ਭੈਣਾਂ ਅੱਜ ਕੱਲ ਬਹੁਤ ਜ਼ਿਆਦਾ ਫੱਟੀਆਂ ਜੀਨਸਾਂ ਚ ਨਿਕਰਾ ਪਾ ਕੇ ਸਕਰਟਸ ਪਾ ਕੇ ਗੁਰੂ ਘਰ ਆਉਂਦੀਆਂ ਨੇ ਸੂਟ ਛੱਡਤੇ ਸਾਦਗੀ ਛੱਡਤੀ ਫਰੋਕ ਸੂਟ ਛੱਡਤਾ ਉਹਨਾਂ ਨੇ ਆਪਣੇ ਜੋ ਨੈਚੁਰਲ ਉਹਨਾਂ ਨੂੰ ਜੋ ਮਹਾਰਾਜ ਨੇ ਬਖਸ਼ਿਸ਼ ਕੀਤਾ ਜੋ ਉਹਨਾਂ ਨੂੰ ਸ਼ੀਰ ਦਿੱਤਾ ਵਾ ਔਰ ਛੇੜਛਾੜ ਕਰਦੀਆਂ ਨੇ ਰੋਏ ਦੀ ਬੇਅਦਬੀ ਫੇਸ਼ੀਅਲ ਕਰਾਉਣਾ ਮੇਕਅਪ ਕਰਾਉਣਾ ਇਹ ਸਭ ਚੀਜ਼ਾਂ ਤੋਂ ਅਸੀਂ ਦੂਰ ਕਰ ਰਹੇ ਹਾਂ ਕਿ ਸਾਦਗੀ ਦਾ ਜੀਵਨ ਜਿਓ ਪਹਿਰਾਵੇ ਵਿੱਚ ਜੋ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਬਾਣਾ ਤੇ ਬਾਣੀ ਸਾਦਗੀ ਵਾਲਾ ਜੀਵਨ ਬਾਣੀ ਨਾਲ ਜੁੜਿਆ ਹੋਇਆ ਜੀਵਨ ਜਿਹ ਨਾਲ ਨਿਮਰਤਾ ਆਉਂਦੀ ਹੈ ਸਾਦਗੀ ਆਉਂਦੀ ਹੈ ਸਾਨੂੰ ਹਰ ਜਗ੍ਹਾ ਸਨਮਾਨ ਮਿਲਦਾ ਹੈ ਮਾਂ ਪਿਓ ਦਾ ਗਰਵ ਨਾਲ ਸਿਰ ਉੱਚਾ ਹੁੰਦਾ ਵਾ ਇਹ ਇਹ ਆ ਕਿ ਅਸੀਂ ਜੋ ਵੈਸਟਰਨ ਪਹਿਨਾਵਾ ਕਰਕੇ ਗੁਰੂ ਘਰ ਕੇ ਘਰੇ ਵੀ ਨਹੀਂ ਰਹਿਣਾ ਵਾ ਸਿੰਪਲ ਸੂਟ ਵਿਚ ਰਹੋ ਸੂਟ ਨੂੰ ਸਜਾਓ ਜਿੰਨਾ ਸਜਾ ਸਕਦੇ ਹੋ ਤੇ ਟੀਵੀ ਸੀਰੀਅਲਸ ਨੂੰ ਛੱਡ ਕੇ ਆਪਣੇ ਬਾਣੀ ਪੜੋ ਸੰਥਿਆ ਪੜੋ ਕਥਾ ਸੁਣਿਆ ਕਰੋ ਤੁਹਾਡਾ ਆਈਡੀਅਲ ਕੌਣ ਹੈ ਜਿੰਨੀਆਂ ਪਿਆਰੀਆਂ ਤੁਸੀਂ ਗੱਲਾਂ ਕਰ ਰਹੇ ਹੋ ਆਈਡੀਅਲ ਕੌਣ ਹੈ ਤੁਹਾਡਾ ਮਾਈ ਭਾਗੋ ਜੀ ਉਹਨਾਂ ਦਾ ਇਤਿਹਾਸ ਪੜਿਆ ਜੋ ਕਿ ਰੋਜ ਸਹਿਜ ਪਾਠ ਤੇ ਵਾਰੀ ਦੇਣ ਤੋਂ ਬਾਅਦ ਕਈਆਂ ਜੰਗਾਂ ਲੜੀਆਂ ਉਹਨਾਂ ਨੇ ਕਿੰਨੇ ਉੱਚੇ ਉੱਚੇ ਧਮਾਲੇ ਸਜਾ ਕੇ ਉਹਨਾਂ ਨੇ ਜੰਗ ਲੜੀ ਆ ਸਾਡੇ ਆਈਡੀਅਲ ਅਸੀਂ ਉਹਨਾਂ ਦੇ ਵਾਰਿਸ ਆ ਜਿੰਨੀ ਤੁਹਾਡੀ ਉਮਰ ਲੱਗਦੀ ਹੈ ਤੁਸੀਂ ਤੁਹਾਡੇ ਹੋਰ ਵੀ ਹਮ ਉਮਰ ਭੈਣਾਂ ਜਿਵੇਂ ਤੁਸੀਂ ਦੱਸ ਹੀ ਰਹੇ ਹੋ ਕਿ ਆਪਾਂ ਗੁਰੂ ਘਰਾਂ ਵਿੱਚ ਨਿਕਰਾਂ ਪਾ ਕੇ ਜਾਂ ਜੋ ਵੀ ਸਾਰਾ ਹਨਾ ਗਲਤ ਤਰ੍ਹਾਂ ਨਾਲ ਜਾਂਦੇ ਹਾਂ ਤੇ ਇਹ ਕੀ ਲੱਗਦਾ ਕਿ ਤੁਹਾਡੇ ਤੇ ਉਹਨਾਂ ਦੇ ਵਿੱਚ ਫਰਕ ਕੀ ਹੈ ਕਿੱਥੇ ਉਹ ਕਮੀ ਰਹਿ ਜਾਂਦੀ ਹੈ ਸਮਝਾਉਣ ਦੇ ਵਿੱਚ ਮਾਪਿਆਂ ਵੱਲੋਂ ਜਾਂ ਸਕੂਲਾਂ ਵੱਲੋਂ ਜਾਂ ਕੀ ਆਪਣਾ ਅੱਜ ਦੇ ਦੌਰ ਵਿੱਚ ਕਿੱਥੇ ਕਮੀ ਹੈ ਕਿੱਥੇ ਤੁਸੀਂ ਮਹਿਸੂਸ ਕਰਦੇ ਹੋ ਸਾਰਿਆਂ ਵੱਲੋਂ ਕਮੀ ਵੀਰ ਜੀ ਸਾਰਿਆਂ ਵੱਲੋਂ ਆ ਪੇਰੈਂਟਸ ਵੱਲੋਂ ਵੀ ਆ ਸਕੂਲ ਵੱਲੋਂ ਵੀ ਆ ਉਹ ਖੁਦ ਕੁਝ ਆਪਣੇ ਦਿਮਾਗ ਦੀ ਗੱਲ ਆ ਉਹ ਕੋਈ ਕਈ ਵਾਰ
हर बच्चे नूं गाइडेंस नहीं मिलता वा, उन्हां नूं गाइडेंस ना मिलने दे वजह तो टीवी सीरियल्स देखते हैं, उन्हां नूं अपना रोल मॉडल मानते हैं, जो उहदे विच जो पहनावा करके आया जी, जो कल नूं सूट सवाए असीं भी उदां दा पाणा वा, जो कपड़े उन्होंने पाए उही कपड़े कल नूं सवा ले उही पा के असीं जाणा वा, वो अपना रोल मॉडल उन्हां नूं मंगदे ने। सो इहदे विच गलती पेरेंट्स दी वी आ, उन्हां नूं हमेशा अपने बच्चे ते ध्यान देना चाहिए, सही गाइडलाइन देनी चाहिए, सही राह दिखाना चाहिए वा। गलत राह दे विच जीवन छोटा हुंदा वा और इंसल्ट ज्यादा हुंदी आ और हर किसी का नजरिया बहुत गलत हुंदा है। साथी वाले जीवन च कठिनाई ना आंदियां ने, मुश्किलां आंदियां ने, बस ओदा ना मुकाबला करना पैंदा वा। किन्ना किन्ना टाइम हो गया है सेवा सारी उपराला करदियां नूं, तुहाडे नाल कौन कौन है टीम दे विच? मेनू उपराला करदे नूं 3 साल हो चुके ने, हजे तक 3100 भैणां जुड़ चुकियां ने, जिहदे विचों 3000 भैणां ने दस्तार सजा चुके ने अमृत छक के, 100 भैणां नूं हजे असीं विसाखी ते अमृत छकाणा वा। हांजी, रिस्पांस किवें मिल रहा आम? तुसीं सिर्फ जिवें होला मोहल्ले दा मेला जां विसाखी दा मेला तुसीं गल कीती, जां होर वी कोई तुहाडे जिवें सोशल एक्टिविटीज हुंदियां रहिंदियां ने, किवें सारा इह कम्म चलदा? ਸਾਡੀ ਐਕਟੀਵਿਟੀਜ਼ ਅਸੀਂ ਹਰ ਗੁਰਪੁਰਬ ਤੇ ਜਿੱਥੇ ਮੇਲਾ ਦੇਖਦੇ ਉੱਥੇ ਦਸਤਾਰ ਕੈਂਪ ਲਾਉਂਦੇ ਹਾਂ। ਉਹਦੇ ਵਿੱਚੋਂ ਕਈ 200-250 ਬੱਚੀਆਂ ਨਿਕਲਦੀਆਂ ਨੇ ਜੋ ਦਸਤਾਰ ਜਾ ਕੇ ਜਾਂਦੀਆਂ ਨੇ, ਉਹ ਚੋਂ 50 ਭੈਣਾਂ ਤਿਆਰ ਹੁੰਦੀਆਂ ਨੇ ਸਾਡੇ ਲਈ, ਉਹ ਵੀ ਬਹੁਤ ਆ। ਇੱਕ ਭੈਣ ਤਿਆਰ ਹੋ ਗਈ, ਉਹਨੇ ਆਪਣੇ ਘਰ ਦੇ ਨਾਲ ਨਾ ਜੋ ਆਪਣਾ ਦੂਜਾ ਘਰ ਆ ਉਹ ਵੀ ਸਾਂਭ ਲੈਣਾ, ਨਾਲ ਆਪਣੇ ਬੱਚੇ ਨੂੰ ਸਹੀ ਰਾਹ ਦਿਖਾਣਾ ਵਾ। ਇੱਕ ਮਾਂ ਤੋਂ ਹੀ ਬੱਚੇ ਦਾ ਸਹੀ ਰਾਹ ਸ਼ੁਰੂ ਹੁੰਦਾ ਵਾ, ਇੱਕ ਮਾਂ ਪਹਿਲੀ ਟੀਚਰ ਹੁੰਦੀ ਆਪਣੇ ਬੱਚੇ ਦੀ। ਤੇ ਸਾਡਾ ਇਹ ਹੈ ਕਿ ਮਾਵਾਂ ਸਹੀ ਰਹਿਣ, ਉਹ ਵੀ ਆਪਣੇ ਬੱਚੇ ਨੂੰ ਸਹੀ ਰਾਹ ਦੇਣ, ਨਾ ਉਹ ਵੀ ਨਾ ਜਾਣ ਨਾਈਆਂ ਕੋਲ, ਨਾ ਆਪਣੇ ਬੱਚਿਆਂ ਨੂੰ ਲੈ ਕੇ ਜਾਣ। ਤੇ ਸਾਡੀ ਇਹ ਸੇਵਾ ਮਤਲਬ ਅੰਮ੍ਰਿਤਸਰ ਚੱਲਦੀ ਆ, ਆਪਣੇ ਫਤਿਹਗੜ੍ਹ ਸਾਹਿਬ ਮੇਲੇ ਤੇ, ਜੋੜ ਮੇਲੇ ਤੇ ਹੁੰਦੀ ਆ, ਸੋ ਇੱਧਰ ਆਪਣੇ ਅਨੰਦਪੁਰ ਸਾਹਿਬ ਹੁੰਦੇ ਹੋਲੇ ਮਹੱਲੇ ਤੇ, ਸੋ ਹੋਰ ਬਾਕੀ ਜਿੱਥੇ ਅਸੀਂ ਗੁਰਪੁਰਬ ਤੇ ਐਤਵਾਰ ਨੂੰ ਜਾਂ ਹੋਰ ਕਿਤੇ ਲੋਕਲ ਗੁਰਦੁਆਰੇ ਚ ਅਸੀਂ ਦੇਖਦੇ ਆ, ਅਸੀਂ ਉੱਥੇ ਵੀ ਆਪਣਾ ਦਸਤਾਰ ਕੈਂਪ ਲਾਉਂਦੇ ਹਾਂ। ਜਿਸ ਤਰ੍ਹਾਂ ਪਿੱਛੇ ਦੇਖ ਰਹੇ ਹਾਂ ਕਿ ਤੁਸੀਂ ਜਿਵੇਂ ਦੱਸਿਆ ਕਿ ਦਸਤਾਰ ਸਿਖਾਉਣ ਤੋਂ ਬਾਅਦ ਉਹਨਾਂ ਨੂੰ ਭੇਟ ਵੀ ਕੀਤੀ ਜਾਂਦੀ ਤਾਂ ਕਿ ਉਹ ਸਜਾ ਸਕਣ, ਫਿਰ ਟਰੈਵਲ ਦਾ ਵੀ ਖਰਚਾ ਤੇ ਇਹ ਸਾਰਾ ਫਿਰ ਕਿਵੇਂ ਚੱਲਦਾ ਸਾਰਾ? ਇਹ ਸਾਡੇ ਜਿਵੇਂ ਪਾਪਾ ਦੀ ਹੁਣ ਮੇਰੀ ਜੋ ਕਿਰਤ ਆ ਉਸ ਦਿਨ ਹੁੰਦਾ ਹੈ, ਉਸ ਤੋਂ ਸਾਡੀ ਦਸਵੰਤ ਉਹ ਕੁਛ ਸਾਡੀ ਨਾਲ ਸੰਗਤ ਜੁੜੀ ਹੋਈ ਆ, ਉਹ ਫਿਰ ਦਸਵੰਤ ਦਾ ਕੁਛ ਹਿੱਸਾ ਪਾਉਂਦੇ ਨੇ ਤਾਂ ਕਿ ਪ੍ਰਚਾਰ ਵਧੀਆ ਰਹੇ ਤੇ ਹੋਰ ਬੱਚੀਆਂ ਸਹੀ ਲੜਨ ਲੱਗ ਗਿਆ ਰਹਿਣ ਜੀ। ਅੱਗੇ ਕੀ ਹੁਣ ਇਸ ਤੋਂ ਬਾਅਦ ਭਵਿੱਖ ਵਿੱਚ ਕੀ ਆ, ਤੁਸੀਂ ਮੰਨਦੇ ਹੋ ਕਿ ਆਹ ਕੰਮ ਕਰਨਾ ਜ਼ਰੂਰੀ ਆ ਜਾਂ ਕਿ ਟੀਚਾ ਕੀ ਆ ਤੁਹਾਡਾ ਇਸ ਲਾਈਨ ਦੇ ਵਿੱਚ? ਇਹਦਾ ਮਕਸਦ ਇਹੀ ਹੈ ਕਿ ਹਰ ਬੱਚੀ ਦੇ ਸਿਰ ਤੇ ਤਾਜ ਹੋਵੇ, ਦਸਤਾਰ ਹੋਵੇ, ਨਹੀਂ ਤਾਂ ਸਾਦਗੀ ਵਿੱਚ ਹੋਵੇ, ਸੂਟ ਹੋਵੇ, ਸਿਰ ਤੇ ਚੁੰਨੀ ਹੋਵੇ, ਤੇ ਜਿਹੜੇ ਆਪਣੇ ਜੋ ਪੇਰੈਂਟਸ ਨੇ ਉਹਨਾਂ ਦਾ ਮਾਨ ਨਾ ਸਿਰ ਉੱਚਾ ਕੀਤਾ ਹੋਵੇ, ਕਿਉਂਕਿ ਜਿਹੜੀ ਭੈਣਾਂ ਇੱਦਾਂ ਦੇ ਗਲਤ ਪਿੰਡਾਂ ਵਿੱਚ ਗੁਰੂ ਘਰ ਆਉਂਦੀਆਂ ਨੇ ਜਾਂ ਬਾਹਰ ਜਾਂਦੀਆਂ ਨੇ, ਉਹਨਾਂ ਦੇ ਪੇਰੈਂਟਸ ਨੂੰ ਘਰੋਂ ਨਿਕਲਣ ਲੱਗੇ ਵੀ ਸ਼ਰਮ ਆਉਂਦੀ ਕਿ ਸਾਡੇ ਬੱਚੇ ਇਸ ਰਾਹ ਤੁਰਦੇ ਪਏ ਨੇ, ਫਿਰ ਉਹ ਜਿੰਨਾ ਮਰਜ਼ੀ ਸਮਝਾ ਲੈਣ ਬੱਚੇ ਮੰਨਦੇ ਨਹੀਂ ਹੈ, ਕਿਉਂਕਿ ਉਹਨਾਂ ਨੇ ਬਚਪਨ ਤੋਂ ਹੀ ਨਹੀਂ ਉਸ ਉਹ ਰਾਹ ਪਾਇਆ, ਬਚਪਨ ਤੋਂ ਹੀ ਗਾਈਡਲਾਈਨ ਨਹੀਂ ਦੇ ਪਾਏ ਜੀ। ਤੁਹਾਨੂੰ ਲੱਗਦਾ ਕਿ ਜਿਸ ਰਾਹ ਤੁਸੀਂ ਤੁਰੇ ਹੋ ਰਾਹ ਬਹੁਤ ਕੰਡਿਆਂ ਵਾਲਾ ਵੀ ਹੈ ਨਾ, ਕਿਉਂਕਿ ਸੋਸਾਇਟੀ 'ਚ ਰਹਿਣਾ ਆਪਣਾ ਕਲਚਰ ਤਾਂ ਸਾਰੇ ਹੀ ਆਪਾਂ ਅਪਣਾ ਰਹੇ ਹਾਂ, ਕਿਵੇਂ ਮਹਿਸੂਸ ਹੁੰਦਾ ਫਿਰ? ਕੋਈ ਫਕਰ ਮਹਿਸੂਸ ਹੁੰਦਾ ਅਲੱਗ ਜਾਂ ਕੁਛ? ਬਿਲਕੁਲ, ਬਹੁਤ ਪ੍ਰਾਊਡ ਫੀਲ ਹੁੰਦਾ ਆਪਣੇ ਆਪ ਤੇ, ਨਾਲ ਮੇਰੇ ਪੇਰੈਂਟਸ ਨੂੰ ਵੀ ਹੁੰਦਾ ਵਾ, ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਗਰੂਰ ਹੈ ਕਿ ਗੁਰੂ ਸਾਹਿਬ ਜੀ ਨੇ ਇਹ ਸੇਵਾ ਮੈਨੂੰ ਬਖਸ਼ਿਸ਼ ਕੀਤੀ ਹੈ, ਮੇਰੇ ਤੋਂ ਲੈ ਰਹੇ ਨੇ, ਹਰ ਇੱਦਾਂ ਹੀ ਲੈਂਦੇ ਰਹਿਣ, ਹਰ ਗੁਰਸਿੱਖ ਨੂੰ ਇੱਦਾਂ ਹੀ ਸੇਵਾ ਬਖਸ਼ਿਸ਼ ਕਰਨ। ਸਾਡਾ ਹਰ ਜਗ੍ਹਾ ਇਹੀ ਇਹ ਆ ਕਿ ਸਾਡੀ ਬੱਚੀਆਂ ਸਹੀ ਰਾਹ ਰਹਿਣ, ਇਸ ਕਲਚਰ ਨੂੰ ਅਸੀਂ ਪੰਜਾਬ ਤੋਂ ਪੂਰੇ ਭਾਰਤ ਤੋਂ ਭਜਾਣਾ ਵਾ, ਕਿਉਂਕਿ ਜੋ ਪਹਿਣਾ ਵਾ ਧੀਆਂ ਪਹਿਣਾ ਸਭ ਦੀ ਸਾਂਝੀਆਂ ਹੁੰਦੀਆਂ, ਅਸੀਂ ਇਹ ਨਹੀਂ ਦੇਖਦੇ ਕਿ ਧਰਮ ਕਿਹੜਾ ਵਾ, ਅਸੀਂ ਹਿੰਦੂਆਂ ਦੀ ਭੈਣ ਨੂੰ ਵੀ ਸਮਝਾਉਂਦੇ ਹਾਂ, ਮੁਸਲਮਾਨ ਭੈਣ ਨੂੰ ਵੀ ਸਮਝਾਉਂਦੇ ਹਾਂ, ਆਪਣੇ ਗੁਰਸਿੱਖ ਭੈਣ ਨੂੰ ਵੀ ਸਮਝਾਉਂਦੇ ਹਾਂ, ਬਟ ਇਹ ਅਸੀਂ ਗੁਰਸਿੱਖ ਭੈਣਾਂ ਨੂੰ ਬਾਣੇ ਨਾਲ ਜ਼ਿਆਦਾ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਜੋ ਸਾਡੇ ਗੁਰੂ ਸਾਹਿਬ ਜੀ ਦਾ ਹੁਕਮ ਵਾ, ਉਹਨਾਂ ਨੇ ਸਾਡਾ ਪੂਰਾ ਸਰਬੰਸ ਪਾਰਿਆ ਸਾਡੀ ਸਿੱਖੀ ਵਾਸਤੇ, ਉਹਨਾਂ ਨੇ ਕਿਹਾ ਸੀ ਅੱਗੇ ਮੇਰੇ ਬੱਚੇ ਹੈਗੇ ਨੇ ਸਿੱਖੀ ਸਾਂਭਣ ਵਾਸਤੇ, ਅੱਜ ਉਹ ਵੀ ਰੋਂਦੇ ਹੋਣਗੇ ਇਸ ਹਾਲਾਤ ਨੂੰ ਦੇਖ ਕੇ। ਬਹੁਤ ਵਧੀਆ ਗੱਲ ਕਹੀ ਇਹਨਾਂ ਨੇ ਕਿ ਚਾਹੇ ਧੀ ਕਿਸੇ ਦੀ ਵੀ ਹੋਵੇ, ਸਿੱਖ ਦੀ ਜਾਂ ਫਿਰ ਹਿੰਦੂ ਦੀ, ਸਿੱਖ ਦੀ ਹੋਵੇ ਜਾਂ ਫਿਰ ਹਿੰਦੂ ਦੀ, ਆਪਾਂ ਨੂੰ ਆਪਣੇ ਪਹਿਰਾਵੇ ਵਿੱਚ ਹੀ ਰਹਿਣਾ ਚਾਹੀਦਾ ਹੈ, ਗੁਰੂ ਸਾਹਿਬ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ, ਆਪਾਂ ਨੂੰ ਆਪਣੇ ਪਹਿਰਾਵੇ ਤੋਂ ਬਾਹਰ ਵੀ ਕਦੇ ਨਹੀਂ ਜਾਣਾ ਚਾਹੀਦਾ। ਕੈਮਰਾਮੈਨ ਵਰਿੰਦਰ ਦੇ ਨਾਲ ਮਨਿੰਦਰ ਸ਼ੇਰਗਿੱਲ, ਆਨੰਦਪੁਰ ਸਾਹਿਬ।